ਦੋਸਤੋ ਅੱਜ ਆਪਾਂ ਇਹ ਮਾਈਕਰੋ ਗ੍ਰੀਨਸ ਦੀ ਹਾਰਵੈਸਟਿੰਗ ਕਰ ਰਹੇ ਹੈਗੇ ਜਿੱਦਾਂ ਹੇਅਰ ਕੱਟ ਲੈਣੀ ਹੈਗੀਆ ਸੋ ਇਸ ਨੂੰ ਜ਼ਮੀਨ ਤੋਂ ਥੋੜਾ ਜਿਹਾ ਉੱਤੋਂ ਇਦਾਂ ਕੈਂਚੀ ਦੇ ਨਾਲ ਆਪਾਂ ਹੇਅਰ ਕੱਟ ਦੇਣਾ ਹੈਗਾ ਇਹਦੀ ਹਾਰਵੈਸਟਿੰਗ ਲਈ ਸੋ ਮਾਈਕਰੋ ਗ੍ਰੀਨਸ ਦੀ ਹਾਰਵੈਸਟਿੰਗ ਨੂੰ ਹੇਅਰ ਕੱਟ ਹਾਰਵੈਸਟਿੰਗ ਕਹਿੰਦੇ ਹੈਗੇ ਸੋ ਇਦਾਂ ਤੁਸੀਂ ਆਪਣਾ ਮਾਈਕਰੋ ਗ੍ਰੀਨਸ ਗਰੋ ਕਰਕੇ ਇਦਾਂ ਔਰ ਇਸ ਇਦਾਂ ਹਾਰਵੈਸਟਿੰਗ ਕਰਕੇ ਇਸ ਤੋਂ ਬਾਅਦ ਇਹਨੂੰ ਤੁਸੀਂ ਆਪਣੇ ਸਵੇਰੇ ਪਰੌਂਠਿਆਂ 'ਚ ਜਾਂ ਆਟੇ 'ਚ ਗੁੰਨਚ ਸਕਦੇ ਹੈਗੇ ਜਾਂ ਫਿਰ ਸੂਪ ਜਾਂ ਹੋਰ ਅ ਸਬਜੀ ਦੇ ਉੱਤੇ ਸੀਜ਼ਨਿੰਗ ਦੇ ਤੌਰ ਤੇ ਇਹਨਾਂ ਨੂੰ ਵਰਤ ਸਕਦੇ ਹੈਗੇ ਸੋ ਇਹ ਸ਼ੈਲਗਮ ਦੇ ਮਾਈਕਰੋ ਗ੍ਰੀਨਸ ਹੈਗੇ ਆ ਔਰ ਇਹ ਹੀ ਆਪਾਂ ਫਰਾਈਡੇ ਇਵਨਿੰਗ ਨੂੰ ਗਰੋ ਕੀਤੇ ਹੈਗੇ ਸੀ ਸੋ ਅੱਜ ਅ ਥਰਸਡੇ ਮਾਰਨਿੰਗ ਹੈਗੀ ਆ ਵੀਰਵਾਰ ਸਵੇਰ ਹੈਗੀ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਲਗਭਗ ਆਪਣੇ ਸਾਢੇ 1-5 ਦਿਨਾਂ ਦੇ ਮਾਈਕਰੋ ਗ੍ਰੀਨਸ ਹੈਗੇ ਸੋ ਜੋ ਆਪਾਂ ਹਾਰਵੈਸਟ ਕਰ ਰਹੇ ਹੈਗੇ ਸੋ ਮਾਈਕਰੋ ਗ੍ਰੀਨ ਗ੍ਰੀਨਸ ਦੇ ਅੰਦਰ ਜਿਹੜੀ ਨਿਊਟ੍ਰੀਸ਼ਨਲ ਡੈਂਸਿਟੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਨਿਊਟ੍ਰੀਸ਼ਨ ਡੈਂਸਿਟੀ ਦਾ ਮਤਲਬ ਜੋ ਇਹਨਾਂ ਦੇ ਅੰਦਰ ਖੁਰਾਕੀ ਤੱਤਾਂ ਦੀ ਮਾਤਰਾ ਹੈਗੀ ਹੈ ਸੋ ਬਹੁਤ ਜ਼ਿਆਦਾ ਹੈਗੀ ਹੈ ਔਰ ਇਸ ਦੇ ਅੰਦਰ ਆਮ ਤੌਰ ਤੇ 10 ਤੋਂ 30 ਗੁਣਾ ਜ਼ਿਆਦਾ ਜਿਹੜੇ ਵਿਟਾਮਿਨਸ ਮਿਨਰਲਸ ਇਹ ਹੋਰ ਜਿਹੜੇ ਖੁਰਾਕੀ ਤੱਤ ਹੁੰਦੇ ਨੇ ਸੋ ਤੁਸੀਂ ਆ ਇਦਾਂ ਮਾਈਕਰੋ ਗ੍ਰੀਨਸ ਗਰੋ ਕਰਕੇ ਦੇ ਡੇਲੀ ਆਪਣੀ ਡਾਈਟ ਚ ਇਸ ਨੂੰ ਇਨਕਲੂਡ ਕਰ ਸਕਦੇ ਹੋ ਸੋ ਇਹ ਹੀ ਮੇਥੀ ਦੇ ਮਾਈਕਰੋ ਗ੍ਰੀਨਸ ਹੈਗੇ ਆ ਇਹ ਬਰੋਕਲੀ ਦੇ ਮਾਈਕਰੋ ਗ੍ਰੀਨਸ ਉਗਰੇ ਹੈਗੇ ਨੇ ਇਹ ਹਾਲੋਂ ਦੇ ਹੈਗੇ ਨੇ ਔਰ ਇਹ ਮੇਥੇ ਦੇ ਹੈਗੇ ਨੇ ਜੋ ਉਗਰੇ ਹੈਗੇ ਨੇ ਸੋ ਇਹ ਆਪਾਂ ਇਹ ਸ਼ਲਗਮ ਦੇ ਮਾਈਕਰੋ ਗ੍ਰੀਨਸ ਹਾਰਵੈਸਟ ਕਰ ਲੇ ਔਰ ਜਿਹੜਾ ਇਹ ਹੈਗਾ ਹੁਣ ਇਸ ਨੂੰ ਆਪਾਂ ਆਪਣੀ ਕੰਪੋਸਟਿੰਗ ਕਰਕੇ ਫਿਰ ਤੋਂ ਯੂਜ਼ ਕਰ ਲਾਂਗੇ ਧੰਨਵਾਦ